ਸੋ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਆਉਂਦੇ ਹਨ, ਉਹ ਸਟੱਡੀ ਪਰਮਿਟ ਤੇ ਵੀ ਹੋ ਸਕਦੇ ਹਨ, ਉਹ ਕਹਿ ਲਵੋ ਕਿ ਵਿਜ਼ਿਟਰ ਵੀ ਹੋ ਸਕਦੇ ਹਨ, ਤੇ ਉਦੋਂ ਬਾਅਦ ਚ ਉਹਨਾਂ ਨੂੰ ਵਰਕ ਪਰਮਿਟ ਲੈਣਾ ਹੁੰਦਾ ਵਾ, ਤੇ ਪਹਿਲਾਂ ਤਾਂ ਵਰਕ ਪਰਮਿਟ ਜਿਹੜਾ ਆਨਲਾਈਨ ਮਿਲ ਜਾਂਦਾ ਸੀ ਤੇ ਉਦੋਂ ਲੋਕਾਂ ਨੂੰ ਥੋੜਾ ਸੌਖਾ ਲੱਗਦਾ ਸੀ। ਵਰਕ ਪਰਮਿਟ ਹੁਣ ਵੀ ਮਿਲ ਰਹੇ ਹਨ LMI ਵਾਲੇ ਬੇਸ ਬੰਦਿਆਂ ਨੂੰ, ਪਰ ਤੁਹਾਨੂੰ ਬਾਰਡਰ ਤੇ ਜਾਣਾ ਪੈਂਦਾ। ਸੋ ਹੁਣ ਖਬਰ ਇਹ ਆ ਰਹੀ ਆ ਜੀ ਕਿ ਕੋਈ ਵੀ ਡਰਨ ਦੀ ਲੋੜ ਨਹੀਂ, ਕੋਈ ਚਿੰਤਾ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਸੱਚੇ ਹੋ, ਸਾਫ਼ ਹੋ, ਸੁਥਰੇ ਹੋ, ਤੁਹਾਡੀ ਜੋਬ ਆਫਰ ਸਹੀ ਹੈ, ਤੁਹਾਡੇ ਕੋਲ ਰੈਲੀਵੈਂਟ ਐਕਸਪੀਰੀਅੰਸ ਹੈ, ਤੁਹਾਡੀ ਬੋਲੀ ਇੰਗਲਿਸ਼ ਠੀਕ ਠਾਕ ਹੈ, ਤਾਂ ਤੁਸੀਂ ਜਾਓ ਬਾਰਡਰ 'ਤੇ, ਕੋਈ ਇਸ਼ੂ ਨਹੀਂ ਹੈ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਲੋਕਾਂ ਨੂੰ ਬੜੇ ਤਰੀਕੇ ਨਾਲ ਨਵੇਂ ਵਰਕ ਪਰਮਿਟ ਮਿਲ ਰਹੇ ਹਨ। ਸੋ ਇਹ ਇੱਕ ਨਵੀਂ ਅਪਡੇਟ ਬਾਰਡਰ ਤੋਂ ਆ ਰਹੀ ਆ। ਹਾਂ, ਜੇ ਹੁਣ ਤੁਸੀਂ ਜਾ ਕੇ ਬੋਲਣਾ ਹੀ ਕੁਛ ਨਹੀਂ ਉੱਥੇ ਜਾ ਕੇ, ਜਾਂ ਤੁਸੀਂ ਜਵਾਬ ਹੀ ਗਲਤ ਦੇਣੇ ਆ, ਤਾਂ ਫਿਰ ਉਹਦੇ ਕਹਿਣ ਵਾਂਗੂ ਫਿਰ ਟਿਕਟ ਵੀ ਨਾਲ ਹੀ ਤਿਆਰ ਰੱਖਿਆ ਜਾਊ। ਚਲੋ ਖੈਰ,